हाँ जी, सत श्रीकाल जी सारे ना। वधिया फार्म यूट्यूब चैनल पर तुहाडा स्वागत है जी। किसान वीर, अज दे जिहड़ी आपां वीडियो बना रहे हैं मेन शहर अजनाला, तहसील भी अजनाला ते जिला अमृतसर, बगीचा सिंह ते घरों, अज दी वीडियो आपां बना रहे हैं। ते अज दी वीडियो दे विच एक ताजी सोई झोटी आ दिखाउणी आ। आओ हुण वीर नाल गलबात करदे हां ते पुछदे हां इहदे बारे सारी डिटेल। ते वीडियो नूं शुरू करन तों पहिलां जिहड़े वीरां ने चैनल हाले तक सबसक्राइब नहीं किया, चैनल में सबसक्राइब जरूर कर देन, वीडियो में लाइक तो शेयर जरूर कर देन। हाँ जी वीर जी, सत श्रीकाल जी। सत श्रीकाल वीर जी, होर सुना की हाल चाल जी? बहुत वधिया वीर जी, ठीक ठाक। तो बाबा चिरां बाद दर्शन दिते जी। हाँ जी वीर जी, नहीं लियांदे रही दा डंगर। हाँ जी, उदन भी लियांदी झोटी बड़ी वधिया नीली रावी दी। आहो उदन फोन कीता सी, साडे हुण तां पहलां ही वेखी फिर। हाँ जी, तुसीं स्टेटस पाया इहदे मुड़ के उसले वेखी। हाँ जी हाँ जी हाँ जी हाँ जी, ठीक है। तो नाम दस दे करिए अपना। नाम वीर जी मेरा बगीचा सिंह। हाँ जी, शहर अपना अजनाला ते जिला अपना अमृतसर। ठीक है जी, फोन नंबर एक बोल दो। फोन नंबर भी 78140। हाँ जी, 24427 वीर जी। ठीक है जी, तो आ झोटी जी वीर जी ने अज बकाऊ की थान बहाना एक करी तुम लागे तो दिखा दिए। हाँ देख सकते जी, किन्नवा सुबह सोई वीर जी? वीर जी दूसरा सुबह सोई जी। दूसरा सुबह सोई, किन्ना क चिर हो गया सोई ना? सोई ने वीर जी 10 दिन हो गए जो। 10 दिन हो गए आ, ते बच्चा की आ गया मगर? वीर जी कट्टा मिल सी। मगर कट्टा आ गया, ठीक है। ਕਿੰਨਾ ਕੁ ਦੁੱਧ ਤਿਆਰ ਜੇ ਇਸ ਟਾਈਮ? ਵੀਰ ਜੀ ਇਹ ਟਾਈਮ ਪੂਰਾ ਤਿਆਰ 10 ਲੀਟਰ ਤਿਆਰ ਜੇ ਦੁੱਧ। ਅੱਛਾ, ਪੂਰਾ 10 ਲੀਟਰ ਕੰਡੇ ਵਾਲਾ? ਹਾਂਜੀ ਕੰਡੇ। ਭਾਵੇਂ ਜਿਸ ਤਰ੍ਹਾਂ ਮਰਜ਼ੀ ਕੋਈ ਮਿੰਤੀ ਕਰ ਲੈ। ਦੋ ਟਾਈਮ ਕੋਈ, ਤਿੰਨ ਟਾਈਮ, ਚਾਰ ਟਾਈਮ ਇੱਥੇ ਮੇਰੇ ਘਰੇ ਵਿੱਚ ਤਸੱਲੀ ਕਰਕੇ ਲੈ। ਠੀਕ ਹੈ, ਵਧੋਗੇ ਦੁੱਧ ਹੋਰ? ਹਾਂਜੀ ਵੀਰ ਜੀ, ਦੁੱਧ ਵਧੋਗੇ, ਦੁੱਧ ਪ੍ਰਮਾਣ 12 ਲੀਟਰ ਚ ਵਧੋਗੇ। ਅੱਛਾ, 12 ਕਿ ਲੀਟਰ ਚ ਵਧੋਗੇ। ਹਾਂਜੀ ਵੀਰ ਜੀ, ਠੀਕ ਹੈ। ਤੇ ਚਵਾ ਚੂ ਕਿਹੋ ਜਿਹਾ ਫਿਰ? ਮੈਨਾਂ ਵੀਰ ਜੀ ਇੰਨੀ ਕੁ ਪੋਲੀ ਹੈ ਨਾ ਵੀ ਮਤਲਬ ਜੇ ਕੋਈ ਜਨਾਨੀ ਵੀ ਕੋਈ ਲੈ ਜਾਣਾ ਘਰ ਚ ਆਉਣ ਵਾਸਤੇ। ਹਾਂਜੀ, ਵੀ ਮਤਲਬ ਵੀ ਕੋਈ ਦਿੱਕਤ ਨਹੀਂ, ਇੰਨੀ ਜ਼ਿਆਦੀ ਪੋਲੀ ਚਵਾ ਹੈ ਨਾ। ਅੱਛਾ, ਚਵਾ ਇੰਨਾ ਹੀ ਵਧੀਆ ਲੱਗਾ? ਬਹੁਤ ਵਧੀਆ ਚਵਾ ਖਾਈ ਦੀ ਹੈ ਫਿਰ ਇੱਕ ਰੀ ਚਵਾ। ਹਾਂਜੀ ਵੀਰ ਜੀ, ਧਾਰਾ ਮਾਰ ਕੇ ਵਿਖਾ ਦਿੰਦੇ। ਚਲੋ ਫਿਰ ਲਾ ਦੇ ਬੱਚਾ ਇੱਕ ਰੀ। ਹਾਂ ਦੇਖ ਸਕਦੇ ਕੱਟਾ ਜਿਹੜਾ ਵੀਰ ਜੀ ਨਾਲ ਨੇ ਥੱਲੇ ਲਾਤਾ, ਪਿੱਛੇ ਤਾਂ ਹਵਾਨਾ ਇੱਕ ਰੀ ਤੁਹਾਨੂੰ ਦਿਖਾ ਰਹੀ ਹੈ, ਸੋਹਣਾ ਹਵਾਨਾ ਪਿੱਛੇ ਨੂੰ ਵੀ ਦਿਖਾਉਂਦੀ ਹੈ। ਇਹ ਕੱਟਾ ਬੰਨ੍ਹ ਕੇ ਅਤੇ ਫਿਰ ਤੁਹਾਨੂੰ ਜਿਹੜੀਆਂ ਧਾਰਾਂ ਮਾਰ ਕੇ ਵਿਖਾਉਂਦੇ ਹਾਂ, ਆਪਾਂ ਵੀ ਵੇਖਦੇ ਹਾਂ ਕਿੰਨਾ ਕੁ ਵਧੀਆ ਚਵਾ ਇਹਦਾ ਵੀਰ ਜੀ ਹੋਣੀ ਦੱਸ ਰਹੇ, ਚਵਾ ਬੜਾ ਸੋਹਣਾ ਲੱਗਾ। ਬਾਕੀ ਪਿੱਛਿਓਂ ਆਪਾਂ ਦੇਖ ਸਕਦੇ ਹਾਂ, ਹਾਂ ਦੇਖ ਸਕਦੇ ਜੀ ਬੱਚੇ ਨੂੰ ਜਿਹੜਾ ਲੰਘਾ ਕੇ ਬੰਨ੍ਹ ਅਤੇ ਧਾਰ ਵੀ ਜਿਹੜੀ ਮੱਝ ਲੈਂਦੀ। ਆ ਥਾਣਾ ਆਪਾਂ ਇੱਕ ਵਾਰੀ ਤੁਹਾਨੂੰ ਦਿਖਾ ਦਈਏ, ਧਾਰ ਵੀਰ ਜੀ ਇੱਕ ਵਾਰੀ ਫਿਰ ਦੇ ਦਿਓ। ਹਾਂ ਦੇਖ ਸਕਦੇ ਜੀ, ਠੀਕ ਹੈ ਜੀ। ਚਲੋ ਠੀਕ ਹੈ ਵੀਰ ਜੀ, ਥਾਣਾ ਆਪਾਂ ਦੇਖ ਸਕਦੇ ਹਾਂ, ਸੋਹਣਾ ਥਣ ਜਿਹੜਾ ਝੋਟੀ ਨੇ ਤਿਆਰ ਕੀਤਾ ਹੈ। ਅਗਲੇ ਅਗਲੇ ਥਣਾਂ ਦੀਆਂ ਧਾਰਾਂ ਵੀਰ ਜੀ ਪਹਿਲਾਂ ਆਪਾਂ ਮਾਰ ਦਈਏ ਜੀ। ਦੇਖ ਸਕਦੇ ਹਾਂ ਲੱਗੇ ਵੀਰ ਜੀ ਹੁਣ ਚਵਾਈ ਵੀ ਜਿਹੜੀ ਗੂਠੇ ਵਾਲੀ ਹੈ, ਅਤੇ ਫਿਰ ਵੀ ਆਪਾਂ ਦੇਖ ਸਕਦੇ ਹਾਂ ਕੋਈ ਭੂਰ ਖਿੱਟਾ ਨਹੀਂ ਹੈ, ਅਤੇ ਸੋਹਣੀ ਧਾਰ ਵੱਜਣ ਦੀ ਜਿਹੜੀ ਬਾਲਟੀ ਇਸ ਤਰ੍ਹਾਂ ਕਿ ਵੀਰ ਜੀ ਉਹਨਾਂ ਨੇ ਦੱਸਿਆ ਸੀ ਕਿ ਚਵਾ ਸੋਹਣਾ ਲੱਗਾ, ਅਤੇ ਆਪਾਂ ਦੇਖ ਵੀ ਸਕਦੇ ਹਾਂ। ਨਹੀਂ ਜੀ ਇੰਨੀ ਕੁ ਪੋਲੀ ਆ ਵੀ ਕੋਈ ਘਰ ਧੋਣ ਵਾਸਤੇ ਜੇ ਕੋਈ ਜਨਾਨੀ ਜੁਨੀ ਵੀ ਲੈ ਜਾਏ ਤਾਂ ਕੋਈ ਚੱਕਰ ਹੀ ਨਹੀਂ। ਅੱਛਾ ਜੀ, ਬਹੁਤ ਭਾਵੇਂ ਕੋਈ ਜਨਾਨੀ ਚੋਲੇ ਭਾਵੇਂ ਕੋਈ ਬੱਚਾ ਚੋਲੇ। ਹਾਂਜੀ, ਭਾਵੇਂ ਕੋਈ ਬੱਚਾ ਚੋਈ ਜਾਵੇ, ਮੇਨ ਜਿਹੜੀ ਆ ਘਰ ਜਿਨ੍ਹਾਂ ਦੇ ਮਤਲਬ ਜਨਾਨੀਆਂ ਨੇ ਚੋਣੀ ਹੁੰਦੀਆਂ ਉਹਨਾਂ ਵਾਸਤੇ ਫਾਇਦੇਮੰਦ ਆ, ਹੈ ਨਾ? ਠੀਕ ਆ, ਚਲੋ ਠੀਕ ਹੈ ਵੀਰ ਜੀ, ਤੋਰ ਕੇ ਵਿਖਾਈਏ ਜੀ। ਹਾਂ ਦੇਖ ਸਕਦੇ ਆ ਇੰਨਾ ਕੁ ਦੁੱਧ ਜਿਹੜਾ ਇੰਨੀਆਂ ਕੁ ਧਾਰਾਂ 'ਚ ਕੱਢ ਵੀ ਲਿਆ। ਥਾਣ ਇੱਕ ਵਾਰੀ ਤੁਹਾਨੂੰ ਫਿਰ ਤੋਂ ਦਿਖਾਈਏ, ਅਤੇ ਹਾਂ ਦੇਖ ਸਕਦੇ ਸੋਹਣਾ ਥਣ ਲੱਗਾ। ਠੀਕ ਹੈ ਵੀਰ ਜੀ, ਖੋਲ੍ਹੋ ਜੀ ਇੱਕ ਵਾਰੀ ਤੋਰੀਏ, ਅਤੇ ਫਿਰ ਜਿਹੜਾ ਇਹਦਾ ਮੁੱਲ ਆਪਾਂ ਦੱਸੀਏ। ਹਵਾਨਾ ਜਿਹੜਾ ਕਰੀ ਦਾ ਦੇਖ ਸਕਦੇ ਥੱਲੇ, ਬੱਚੇ ਤਾਂ ਕਾਫੀ ਕਰਦੀ ਹੈ, ਬਾਕੀ ਪਿੱਛੇ ਬੋਡੀ ਵੇਟ ਵੀ ਚੰਗਾ। ਆਹ ਦੇਖ ਸਕਦੇ ਹਵਾਨਾ ਇਹਦਾ ਇੱਕ ਕਰੀ ਦਾ, ਸੋਹਣਾ ਹਵਾਨਾ ਇਹਦੇ ਕੋਲ ਲੱਗਾ। 12 ਕੁ ਲੀਟਰ ਦੁੱਧ ਜਿਹੜਾ ਵੀਰ ਜੀ ਨੇ ਗਿੰਦੇ ਕੇ ਕਰੂਗੀ, ਬਾਕੀ ਸੋਹਣਾ ਬੋਡੀ ਵੇਟ ਆ। ਅਤੇ ਚਵਾ ਆਪਾਂ ਦੇਖ ਹੀ ਲਿਆ, ਚਵਾ ਵੀ ਸੋਹਣਾ ਲੱਗਾ। ਰੇਟ ਜਿਹੜਾ ਹੁਣ ਇਹਦਾ ਆਪਾਂ ਵੀਰ ਜੀ ਹੋਣਾਂ ਤੋਂ ਪੁੱਛਦੇ ਹਾਂ ਕਿੰਨਾ ਕੁ ਮੁੱਲ ਕਰਨਾ। ਮੂੰਹ ਤੋਂ ਵੀ ਇੱਕ ਵਾਰੀ ਦੇਖ ਸਕਦੇ ਥੋੜ੍ਹੇ ਕੁ ਵਾਲ ਚਿੱਟੇ ਮੱਥੇ 'ਚ, ਬਾਕੀ ਜਿਹੜੀ ਸਾਰੀ ਕਾਲੀ ਆ, ਪੂਛ ਵੀ ਇਹਦੀ ਕਾਲੀ ਆ, ਅਤੇ ਆ ਦੂਸਰੇ ਪਾਸੇ 'ਤੇ ਵੀ ਇੱਕ ਵਾਰੀ ਥਾਣੇ ਤੁਸੀਂ ਦੇਖ ਸਕਦੇ ਜੀ। ਠੀਕ ਹੈ ਜੀ। ਹਾਂਜੀ ਵੀਰ ਜੀ, ਹੋਰ ਕੁਛ ਕਹਿਣਾ ਫਿਰ ਮੱਝ ਬਾਰੇ ਜੀ? ਹਾਂਜੀ ਵੀਰ ਜੀ, ਜਿਹੜਾ ਵੇਖੋ ਮੈਂ ਬੜੀ ਦੇ ਪਤਲੀ ਚਮੜੀ, ਜੇ ਕੋਈ ਚੰਗਾ ਸੇਵਾ ਵਾਲਾ ਵੀਰ ਲੈ ਗਿਆ ਨਾ, ਹਾਂਜੀ ਹਾਂਜੀ, ਦੁੱਧ ਇਹਦੇ ਕੋਲ 12 ਤੋਂ ਵੱਧ ਚਵਾਊਗਾ। ਅੱਛਾ, 12 ਤੋਂ ਵੱਧ ਦੁੱਧ ਚਵਾ ਦੇਊਗੀ? ਹਾਂਜੀ ਹਾਂਜੀ ਵੀਰ ਜੀ, ਠੀਕ ਹੈ। ਅਤੇ ਮੁੱਲ ਫਿਰ ਇਹਦਾ ਦੱਸਦੀ ਹੈ? ਬਾਕੀ ਐਂ ਵੀਰ ਜੀ ਪੂਰੀ ਠੰਡੀ ਸੀਲ ਆ, ਕੋਈ ਚੱਕਰ ਨਹੀਂ ਭਾਈ, ਜਿੱਦਾਂ ਮਰਜ਼ੀ ਕਿਸੇ ਨੇ ਔਨਲਾਈਨ ਵੀ ਮੰਗਾਉਣੀ ਮਤਲਬ ਵੀਰ ਕੋਈ ਮੰਗਵਾ ਸਕਦਾ ਸਾਡੇ ਕੋਲ। ਠੀਕ ਹੈ ਠੀਕ ਹੈ ਠੀਕ ਹੈ,
ਤੇ ਫਿਰ ਵੀਰ ਦਾ ਇਹ ਟਿਕਨ ਮੁੱਲ ਦੱਸੀਏ ਫਿਰ ਮੁੱਲ ਵੀਰ ਜੀ ਦਾ ਜਿਆ ਜੀ 65000 ਚ ਮਾਨਤਨ ਕਰ ਦਾਂਗੇ ਅੱਛਾ 65000 ਚ ਮਾਨਤਨ ਕਰ ਦਾਂ ਹਾਂਜੀ 65000 ਚ ਮਾਨਤਨ ਖੁੱਲਾ ਕਰ ਦੋਗੇ ਹਾਂਜੀ ਵੀਰ ਜੀ ਖੁੱਲਾ ਕਰ ਦਾਂਗੇ ਠੀਕ ਹੈ ਜੀ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਠੀਕ ਹੈ ਆ ਦੇਖ ਸਕਦੇ ਜਿਹੜੀ ਝੋਟੀ ਵਿਕਾਊ ਕੀਤੀ ਵੀਰ ਜੀ ਉਹਨਾਂ ਨੇ 65000 ਚ ਮਾਨਤਨ ਵੀਰ ਜੀ ਨੇ ਕਹਿੰਦੇ ਕਿ ਜਿਹੜਾ ਆਪਾਂ ਖੁੱਲਾ ਕਰ ਦਿਆਂਗੇ ਬਾਕੀ ਕਿਸੇ ਵੀਰ ਨੂੰ ਪਸੰਦ ਆਊਗੀ ਆਪਣਾ ਫੋਨ ਕਰੇ ਪੈਸੇ ਲਾਉਣ ਅਤੇ ਆਪਣੀ ਇੱਥੇ ਆ ਕੇ ਤਸੱਲੀ ਕਰਕੇ ਪਾਸ ਕਰਕੇ ਅਤੇ ਫਿਰ ਪਸ਼ੂ ਖੜਨ ਦੀ ਦੋ ਟਾਈਮ ਕੋਈ ਚਵਾਈ ਕਰਕੇ ਖੜੇ ਪਸ਼ੂ ਜਿਹੜਾ ਕੋਈ ਵੀਰ ਇੱਥੇ ਦੋ ਟਾਈਮ ਨਹੀਂ ਪਹੁੰਚ ਸਕਦਾ ਇੱਕ ਟਾਈਮ ਵੀਡੀਓ ਕਾਲ 'ਤੇ ਖਾਲੀ ਕਰਾ ਦੇ ਅਤੇ ਦੂਸਰੇ ਟਾਈਮ ਜਿਹੜੀ ਆਪ ਆ ਕੇ ਖਾਲੀ ਕਰਕੇ ਅਤੇ ਵੇਖ ਲਏ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ।